ਹੀ ਪੁੱਤਰ ਨੂੰ ਅਗਵਾ ਕਰਨ ਆਏ ਪਿਤਾ ਵੱਲੋਂ ਕੀਤੀ ਗਈ ਗੁੰਡਾਗਰਦੀ ਚਲਾਈਆਂ ਗਈਆਂ ਗੋਲੀਆਂ। ਦੱਸਦੀਏ ਕਿ ਕਾਦੀਆ ਥਾਣੇ ਦੀ ਆਂਗੇ ਪਿੰਡ ਮਸਾਣੀਆਂ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪੁੱਤਰ ਨੂੰ ਅਗਵਾ ਕਰਨ ਆਏ ਉਸਦੇ ਪਿਤਾ ਵੱਲੋਂ ਪਿੰਡ ਵਿੱਚ ਆ ਕੇ ਗੁੰਡਾਗਰਦੀ ਕੀਤੀ ਗਈ ਅਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਦਿੰਦਿਆਂ ਹੋਇਆਂ ਦੋਸ਼ੀ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਮੇਰੇ ਵਿਆਹ ਨੂੰ 11 ਸਾਲ ਹੋ ਗਏ ਹਨ, ਮੇਰਾ ਇੱਕ ਬੇਟਾ ਅਤੇ ਇੱਕ ਬੇਟੀ ਹੈ। ਮੇਰੇ ਬੇਟੇ ਨੂੰ ਉਸਨੇ ਪਹਿਲਾਂ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵਿੱਚ ਉਹ ਸਫਲ ਨਹੀਂ ਹੋ ਸਕਿਆ ਕਿਉਂਕਿ ਉਹ ਹਮੇਸ਼ਾ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ। ਇਸ ਕਰਕੇ ਮੈਂ ਆਪਣੇ ਪੇਕੇ ਘਰ ਵਿੱਚ ਆ ਕੇ ਰਹਿੰਦੀ ਸੀ। ਉਸਨੇ ਦੱਸਿਆ ਕਿ ਅੱਜ ਉਹ ਆਪਣੇ 3 ਸਾਥੀਆਂ ਨਾਲ ਸਾਡੇ ਪਿੰਡ ਵਿੱਚ ਆਇਆ ਅਤੇ ਗੁੰਡਾਗਰਦੀ ਕਰਦਿਆਂ ਹੋਇਆ ਸ਼ਰੇਆਮ ਹਵਾ ਵਿੱਚ 3 ਫਾਇਰ ਕਰ ਦਿੱਤੇ ਜਿਸ ਵਿੱਚ ਸਾਡਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮੇਰੀ ਪ੍ਰਸ਼ਾਸਨ ਤੋਂ ਬੇਨਤੀ ਹੈ ਕਿ ਇਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰੇ ਤੇ ਵੀ ਗੋਲੀ ਚਲਾਈ ਆ, ਨਾਲ ਹੋਰ ਜਿਹੜੇ ਆਸੇ ਪਾਸੇ ਇਕੱਠੇ ਹੋਏ ਸੀ ਉਹਨਾਂ ਤੇ ਵੀ ਚਲਾਈ ਆ ਤੇ ਗੋਲੀ ਲੱਗਣ ਤੋਂ ਬਚਾਅ ਹੋ ਗਿਆ ਆ ਤੇ ਬੇਟਾ ਵੀ ਇਸੇ ਫੜਾ ਦਫੜੀ ਚ ਮੁੜ ਕੇ ਸੁੱਟ ਗਏ ਆ, ਡਿੱਗਣ ਕਰਕੇ ਬੇਟੀ ਦੇ ਵੀ ਸੱਟਾਂ ਲੱਗੀਆਂ ਆ। ਇਸ ਤੋਂ ਬਾਅਦ 'ਚ ਸਾਰੇ ਭੈਣ ਭਰਾ ਇਕੱਠੇ ਹੋ ਗਏ ਆ ਤੇ ਬਸ ਇੰਨੀ ਗੱਲ ਹੀ ਅੱਜ ਤੇ ਹੋਈ ਆ। ਮੇਰੇ ਹਸਬੈਂਡ ਆ ਜੀ, ਉਹ ਬੇਟੇ ਨੂੰ ਚੁੱਕਣ ਆਏ ਕਿ ਬੇਟੇ ਨੂੰ ਲੈ ਕੇ ਜਾਣਾ ਆ ਤੇ ਬੇਟੀ ਤੇ ਤੂੰ ਨਾ ਆਇਓ, ਤੁਸੀਂ ਉਦੋਂ ਆਇਓ ਜਦੋਂ ਪੈਲੀ ਲੈ ਕੇ ਆਓਗੇ ਇੱਥੋਂ ਆਪਣੇ ਵਾਲੀ ਡੈਡੀ ਵਾਲੀ, ਕਿਉਂਕਿ ਮੇਰੇ ਡੈਡੀ ਨਹੀਂ ਹੈਗੇ, ਆਪਾਂ ਦੋਨੋਂ ਭੈਣਾਂ ਹੀ ਆ। ਤੂੰ ਬੇਟੇ ਨੂੰ ਅੱਗੇ ਵੀ ਇੱਕ ਦੋ ਵਾਰੀ ਚੁੱਕਣ ਆਏ ਆ ਤੇ ਪਰ ਸਾਰੇ ਇਹ ਵੀ ਕਿ ਚਲੋ ਕੋਈ ਨਾ ਉੱਥੇ ਹੀ ਜਾਣਾ ਆ, 11 ਸਾਲ ਹੋ ਗਏ ਮੇਰੇ ਵਿਆਹ ਨੂੰ, ਇਹੋ ਹੀ ਟਾਈਮ ਕੱਢਦੇ ਹਾਂ ਕਿ ਚਲੋ ਟਾਈਮ ਲੰਘੀ ਜਾਂਦਾ ਆ, ਬੱਚੇ ਵੱਡੇ ਹੋ ਜਾਣਗੇ। ਫਿਰ ਬੇਟੇ ਨੂੰ ਇੱਕ ਦੋ ਵਾਰੀ ਚੁੱਕਣ ਆਏ ਆ ਤੇ ਪਰ ਅੱਗੇ ਵੀ ਐਵੇਂ ਹੀ ਨਹੀਂ ਖੜਿਆ ਗਿਆ, ਪਰ ਅੱਜ ਉਹ ਜ਼ਿਆਦਾ ਜਿਵੇਂ ਧਿਆਨ ਨਾ ਆਏ ਹੁੰਦੇ, 4 ਜਣੇ ਗੋਲੀ ਵੀ ਚਲਾ ਕੇ ਗਏ ਆ। ਸਾਨੂੰ ਕੋਈ ਵੀ ਧੀ ਘਰ ਰਹਿੰਦੀ ਨਹੀਂ ਆ ਨਾਲੇ, ਮੈਂ ਪਹਿਲਾਂ ਉੱਥੇ ਇੰਨਾ ਟਾਈਮ ਕੱਢਿਆ ਹੀ ਭਾਅ ਜੀ ਤਾਂ ਹੀ ਕਿ ਮੇਰੇ ਡੈਡੀ ਸਿਰ 'ਤੇ ਨਹੀਂ ਕੋਈ ਮੈਨੂੰ ਆਖੇ ਨਾ ਤੂੰ ਵੱਸ ਕੇ ਨਹੀਂ ਆਈ ਹੈਗੀ ਉੱਥੇ। ਲੋਕ ਕਹਿਣਗੇ ਕਿ ਉਹਦੀ ਮਾਂ ਨੇ ਪਰਵਰਿਸ਼ ਨਹੀਂ ਚੰਗੀ ਦਿੱਤੀ, ਕਿਉਂ ਨਹੀਂ ਵੱਸ ਕੇ ਆਈ ਉੱਥੇ, ਅੱਗੇ ਜੇ ਇੰਨਾ ਟਾਈਮ ਮੈਂ ਤਾਂ ਬੇਟਾ ਇੰਨੇ ਚਿਰਾਂ ਨੂੰ ਇੰਨੇ ਸਾਲ ਕੱਢੇ ਸੀ, ਪੋਤੀ ਬਣਾਏ ਸੀ ਧੀਆਂ ਦੇ ਅਤੇ ਚਲੋ ਵੱਡੇ ਨੇ ਉਹਨਾਂ ਨੇ ਮੈਨੂੰ ਅੱਜ ਤੱਕ ਕੋਈ ਦੁੱਖ ਨਹੀਂ। ਇਹ ਜਿੱਤਣ ਦਾ ਵਿਆਹ ਆ ਸਾਨੂੰ ਉਦਣ ਦਾ ਹੀ ਤੰਗ ਕਰਦਾ, ਜਦਕਿ ਵਿਆਹ ਵਾਲੇ ਦੇਣ ਵੀ ਅਸੀਂ ਦੱਸ ਨਹੀਂ ਸਕਦੀ। ਉਦਣ ਵੀ ਅਸੀਂ ਭੇਜੀ ਸਾਰਿਆਂ ਤੋਂ ਡਰਦਿਆਂ ਨੇ ਆਖਿਆ ਵੀ ਉਦਣ ਹੀ ਮੰਗੇ ਨੇ ਕੀਤੀ ਵੀ ਆਹ ਚੀਜ਼ ਆਵੇ, ਅਸੀਂ ਉਦਣ ਹੀ ਪਹੁੰਚ ਗਏ, ਮੇਰਾ ਉਦਣ ਦਾ ਟਿਆਪ ਨਹੀਂ ਰਲਦਾ ਪਿਆ। ਹੁਣ ਤੇ ਅੱਜ ਤੇ ਉਹਨੇ ਹੱਥ ਹੀ ਕਰ ਦਿੱਤੀ, ਅੱਗੇ ਵੀ ਆਇਆ 3-4 ਵਾਰੀ, ਪਰ ਚੱਲ ਮੈਂ ਚਾਹੁੰਦੀ ਨਹੀਂ ਇੱਥੋਂ ਤੱਕ ਗੱਲ ਪਹੁੰਚੇ, ਫਿਰ ਠੀਕ ਆ ਚੱਲ ਫਿਰ ਵੀ ਧੀਆਂ ਆਪਣੇ ਘਰ ਜਾਂਦੀ, ਚਲੋ ਮੈਂ ਪਾਰੀਆਂ ਹੀ ਕੀਤੀਆਂ, ਮੈਂ ਸੋਹਣਾ ਮੇਰਾ ਜੀਵਨ ਲੰਘਣ ਡਿਆ, ਭਾਵੇਂ ਮੈਂ ਇਕੱਲੀ ਸੀ, ਇਹ 2 ਸਾਲ ਦੀ ਰਹਿ ਗਈ ਸੀ, ਵੱਡੀ ਮੇਰੀ 4 ਸਾਲ ਦੀ ਬੇਟੀ ਸੀ ਜਦੋਂ ਉਹਨਾਂ ਦੇ ਸਿਰ ਤੋਂ ਛਾਇਆ ਨਹੀਂ ਰਿਹਾ। ਮੈਂ ਤਾਂ ਆਖਿਆ ਆਉਣਗੇ ਤਾਂ ਕੋਈ ਮੇਰੀ ਹੈਲਪ ਹੋਏਗੀ ਕੁਛ ਕਰਨ, ਕਿੱਦਾਂ ਵੀ ਚਲੋ ਅੱਜ ਨਹੀਂ ਮੈਂ ਕੁਛ ਦੱਸ ਸਕਦੀ, ਅੱਜ ਨਹੀਂ ਕੀਤਾ, ਹੁਣ ਆਪਣਾ ਕੀਤਾ ਆਪ ਹੀ ਪਾਵੇ, ਮੈਨੂੰ ਕੁਛ ਨਹੀਂ ਕਹਿ ਸਕਦੀ ਮੈਂ ਇਹਦੇ ਬਾਰੇ। ਸਾਨੂੰ ਸਜ਼ਾ ਮਿਲਣੀ ਚਾਹੀਦੀ ਹੈ, ਬਹੁਤ ਉਹਨੇ ਮਾੜਾ ਕਰਾ ਕੀਤਾ ਵਾ, ਸਾਹਮਣੇ ਇੱਕ ਗੋਲੀ ਚਲਾ ਕੇ ਅਤੇ ਬੰਦਾ ਹੀ ਮਾਰ ਚੱਲਿਆ ਸੀ, ਇੰਨਾ ਗਲਤ ਕੰਮ ਕੀਤਾ ਵਾ ਹੈ ਤਾਂ ਚਲੋ ਸਾਡਾ ਜਵਾਈ ਸੀ, ਵਕੀਲ ਸਾਹਿਬ ਕਰਕੇ ਢੂੰਡਿਆ ਸੀ, 10 ਸਾਲ ਕੁੜੀ ਨੇ ਗੱਲ ਦੱਬ ਕੇ ਰੱਖੀ, ਇਹਨੂੰ 10 ਸਾਲ ਤੋਂ ਪੂਰਾ ਦੱਬ ਕੇ ਰੱਖਦਾ ਰਿਹਾ ਇਹਨੂੰ, ਅਤੇ ਕੁੜੀ ਦੀ ਹਾਲਾਤ ਵੇਖੋ ਕੀ ਆ, ਇੱਕ ਪੜ੍ਹੀ ਲਿਖੀ ਕੁੜੀ ਆ,
ਸਰਕਾਰੀ ਨੌਕਰੀ ਕਰਦੀ ਆ, ਇਹਨੂੰ ਇੰਨਾ ਤੰਗ ਕਰਦਾ ਰਿਹਾ ਵੀ ਨੌਕਰੀ ਜਾਣਾ ਨਹੀਂ ਹੁੰਦਾ, ਇਕੱਲਾ ਇਕੱਲਾ ਹੈਗਾ ਉਹ, ਅਤੇ ਇਹਦੇ ਕੋਲ ਵੀ ਲੈ ਕੇ ਪੈਸੇ ਅਤੇ ਲਿਮਟਾਂ ਲੁਮਟਾਂ ਧਾਰਦਾ ਰਿਹਾ ਵਾ। ਇਹਨੇ ਕੁੜੀ ਨੇ 10 ਸਾਲ ਬਾਅਦ ਸਾਨੂੰ ਦੱਸਿਆ ਵੀ ਮੈਨੂੰ ਇੰਨਾ ਤੰਗ ਕਰਦਾ ਉਹ, ਅਤੇ ਅਸੀਂ ਉੱਥੇ ਗਏ ਵੀ ਹਾਂ ਵੀ ਉਹਦਾ ਫੈਸਲਾ ਕਰਨ, ਉੱਥੇ ਵੀ ਉਹਨੇ ਚੱਜ ਦੀ ਇੱਕ ਗੱਲ ਨਹੀਂ ਕੀਤੀ। ਐਡਾ ਖਤਰਨਾਕ ਬੰਦਾ ਫਿਰ ਅੱਜ ਜਿਹੜਾ ਕਾਰਾ ਕੀਤਾ ਬਿਲਕੁਲ ਗਲਤ ਕੀਤਾ ਵਾ, ਧੱਕੇ ਨਾਲ ਮੁੰਡੇ ਨੂੰ ਚੁੱਕ ਕੇ ਅਤੇ ਗੱਡੀ 'ਚ ਪਾ ਕੇ ਖਿੱਚ ਕੇ ਖੜਿਆ, ਕੁੜੀ ਨੇ ਲਮਕ ਕੇ ਜਾਨ ਖਿੱਚਿਆ ਵਾ ਮੁੰਡੇ ਨੂੰ, ਨਾਲ ਲੋਕ ਪੈ ਗਏ ਇੱਥੋਂ, ਇਹ ਕੋਈ ਗੱਲ ਥੋੜ੍ਹੀ ਹੈ ਬੰਦਿਆਂ ਵਾਲੀ। ਅੱਜ ਹੁਣ ਪੁਲਿਸ ਨੇ ਅੱਜ ਲਿਖ ਕੇ ਖੜਿਆ ਕੋਈ ਪਰਚਾ ਦਰਖਾਸਤ ਗੁਰੂ ਜੀ, ਪਹਿਲਾਂ ਨਹੀਂ ਕੋਈ ਹੋਈ। ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਪੰਜਾਬ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਮਸਾਣੀਆਂ ਪਿੰਡ ਵਿੱਚ ਗੋਲੀ ਚੱਲੀ ਹੈ ਅਤੇ ਮੌਕੇ 'ਤੇ ਅਸੀਂ ਜਾ ਕੇ ਵੇਖਿਆ ਤਾਂ ਸਾਨੂੰ ਗੁਰਪਿੰਦਰ ਕੌਰ ਨੇ ਦੱਸਿਆ ਹੈ ਕਿ ਮੇਰਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ, ਮੈਂ ਪਿਛਲੇ 1 ਸਾਲ ਤੋਂ ਆਪਣੇ ਪੇਕੇ ਵਿੱਚ ਰਹਿ ਰਹੀ ਹਾਂ, ਪਰ ਮੇਰਾ ਪਤੀ ਜੋ ਪੇਕੇ ਤੋਂ ਵਕੀਲ ਹੈ ਉਹ ਅੱਜ ਮੇਰੇ ਬੇਟੇ ਨੂੰ ਕਿਡਨੈਪ ਕਰਨ ਲਈ ਆਪਣੇ 3 ਹੋਰ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਆਇਆ। ਜਦੋਂ ਉਸਨੇ ਮੇਰੇ ਬੇਟੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਵੇਖ ਕੇ ਉਸਨੇ ਗੁੰਡਾਗਰਦੀ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਨੇ ਦੱਸਿਆ ਕਿ ਅਸੀਂ ਤਫਤੀਸ਼ ਕਰ ਰਹੇ ਹਾਂ, ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਅੱਜ ਮਸਾਣੀਆਂ ਤੋਂ ਸਾਨੂੰ ਇਤਲਾਹ ਮਿਲੀ ਜੀ ਮਸਾਣੀਆਂ ਪਿੰਡ ਗੋਲੀ ਚੱਲੀ, ਅਸੀਂ ਮੌਕੇ 'ਤੇ ਪਹੁੰਚੇ ਹਾਂ ਜੀ। ਉੱਥੇ ਗੁਰਪਿੰਦਰ ਕੌਰ ਦਾ ਜਾ ਕੇ ਬਿਆਨ ਲਿਆ ਜੀ, ਬਿਆਨ ਉਸਨੇ ਕਿਹਾ ਵੀ ਮੈਂ ਗੰਡੇ ਕੇ ਝੋਨੇ ਵਿਆਹੀ ਹੋਈ, ਮੇਰੇ ਘਰ ਵਾਲੇ ਤੋਂ ਹਰਪ੍ਰੀਤ ਸਿੰਘ ਹੈ ਜੀ ਜੋ ਕਿ ਪੇਸ਼ੇ ਵਜੋਂ ਵਕੀਲ ਹੈ ਜੀ, ਸਾਡੀ ਆਪਸ ਜੀ ਦੋਵਾਂ ਜੀਆਂ ਦੀ ਅਣਬਣ ਹੈ ਜੀ, ਮੈਂ 1 ਸਾਲ ਤੋਂ ਇੱਥੇ ਪੇਕੇ ਰਹਿ ਰਹੀ ਹਾਂ ਜੀ, ਮੇਰਾ ਇੱਕ ਬੇਟੀ ਹੈ ਜੀ 10 ਸਾਲ ਦੀ, ਇੱਕ ਬੇਟਾ ਜੀ 7 ਸਾਲ ਦਾ। ਅੱਜ ਮੇਰੇ ਘਰ ਵਾਲੇ ਅਣ ਸਾਤੇ 3-4 ਬੰਦੇ ਕਾਰ 'ਤੇ ਆਏ ਆ ਜੀ, ਅਤੇ ਆ ਕੇ ਮੇਰੇ ਬੇਟੇ ਨੂੰ ਮੇਰੇ ਘਰ ਵਾਲਾ ਚੁੱਕਣ ਜ਼ਬਰਦਸਤ ਚੁੱਕ ਕੇ ਲੈ ਚੱਲਿਆ ਜੀ, ਜੋ ਅਸੀਂ ਵਿਰੋਧ ਕੀਤਾ ਜੀ, ਰੌਲਾ ਪਾਇਆ, ਪਿੰਡ ਦੇ ਲੋਕ ਇਕੱਠੇ ਹੋ ਗਏ ਜੀ, ਅਤੇ ਉਹਨੇ ਪਿੰਡ ਦੇ ਲੋਕਾਂ ਤੋਂ ਵੇਖਿਆ ਵੀ ਮੇਰਾ ਲਿਆ ਕੇ ਭੱਜ ਨਹੀਂ ਸਕਦਾ ਜੀ, ਉਹਨੇ ਆਪਣਾ ਰਿਵਾਲਵਰ ਕੱਢਿਆ ਅਤੇ ਫਾਇਰ ਕੀਤੇ, ਗੁੰਡਾਗਰਦੀ ਕੀਤੀ ਜੀ। ਅਤੇ ਜਦੋਂ ਜ਼ਿਆਦਾ ਲੋਕ ਇਕੱਠੇ ਹੋ ਗਏ, ਉਹਨੇ ਵੇਖਿਆ ਵੀ ਇਹ ਮੇਰੇ ਕੋਲ ਮੁੰਡਾ ਲਿਆ ਕੇ ਨਹੀਂ ਜਾਇਆ ਜਾਣਾ, ਉਹਨੇ ਮੁੰਡਾ ਉਤਾਰ ਕੇ ਗੱਡੀ ਭਜਾ ਕੇ ਲੈ ਗਿਆ ਜੀ, ਮੌਕੇ 'ਤੇ ਜੋ ਬਾਕੀ ਤਫਤੀਸ਼ ਕਰ ਰਹੇ ਨੇ।